ਰਾਜਸਥਾਨ ਦੀ ਧਰਤੀ ਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਅਧੀਨ ਪੈਂਦੇ ਇਤਿਹਾਸਕ ਨਗਰ ਬੁੱਢਾ ਜੋੜ ਵਿਖੇ ਗੁਰਦੁਆਰਾ ਸਾਹਿਬ ਨਿਹੰਗ ਸਿੰਘ, ਭਾਈ ਸੁੱਖਾ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਦੀ ਯਾਦ ਵਿੱਚ 21ਵਾਂ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਅਸਥਾਨ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਹਨਾਂ ਸਮਾਗਮਾਂ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ। ਇਸ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਵੱਖ ਵੱਖ ਕੀਰਤਨੀ ਜਥਿਆਂ ਤੋਂ ਇਲਾਵਾ ਕਥਾਵਾਚਕ ਬਾਬਾ ਇੰਦਰ ਸਿੰਘ ਜੀ ਘੋੜਿਆਂ ਵਾਲੇ, ਬਾਬਾ ਜੱਸਾ ਸਿੰਘ ਜੀ ਪੀਏ ਬੁੱਢਾ ਦਲ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਮਨਮੋਹਨ ਸਿੰਘ ਜੀ ਬਾਰਨ ਅਤੇ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਵਾਲੀ ਨੇ ਲੰਬਾ ਸਮਾਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜੀ ਰੱਖਿਆ। ਗੁਰਬਾਣੀ ਦਾ ਇੱਕ ਫਰਮਾਨ ਹੈ, ਮਹਾਰਾਜ ਕਹਿੰਦੇ ਮਨੁੱਖ ਦਾ ਸੁਭਾਅ ਹੈ ਇਹ ਜਿਹੋ ਜੀ ਸੰਗਤ ਕਰਦਾ ਉਹੋ ਜਿਹੀਆਂ ਗੱਲਾਂ ਸੁਣਦਾ, ਇਹ ਜਿਹੋ ਜਿਹੀਆਂ ਗੱਲਾਂ ਸੁਣਦਾ ਉਹੋ ਜਿਹਾ ਇਹਦੇ ਮਨ ਦੇ ਉੱਤੇ ਪ੍ਰਭਾਵ ਪੈਂਦਾ, ਜਿਹੋ ਜਿਹਾ ਮਨ ਦੇ ਉੱਤੇ ਪ੍ਰਭਾਵ ਪੈਂਦਾ ਉਹੋ ਜਿਹੀਆਂ ਰੁਚੀਆਂ ਬਣਦੀਆਂ ਨੇ, ਆਦਤਾਂ ਬਣਦੀਆਂ ਨੇ ਤੇ ਉਹੋ ਜਿਹੇ ਬੰਦਾ ਕੰਮ ਕਰਦਾ। ਜੇ ਕੋਈ ਚੰਗੀ ਸੰਗਤ ਦੇ ਵਿੱਚ ਜਾ ਕੇ ਬਹਿੰਦਾ ਤੇ ਚੰਗੀ ਸੰਗਤ 'ਚ ਚੰਗੀਆਂ ਗੱਲਾਂ ਸੁਣਦਾ ਤੇ ਉਹਦੇ ਮਨ ਦੇ ਉੱਤੇ ਚੰਗੀਆਂ ਗੱਲਾਂ ਦਾ ਪ੍ਰਭਾਵ ਪੈਂਦਾ, ਚੰਗੀਆਂ ਉਹਦੀਆਂ ਆਦਤਾਂ ਬਣਦੀਆਂ, ਚੰਗੀਆਂ ਰੁਚੀਆਂ ਬਣਦੀਆਂ, ਚੰਗੇ ਕੰਮ ਕਰਦਾ ਤੇ ਚੰਗੇ ਸੰਸਕਾਰ ਪੁੱਜੀਆਂ ਸ਼ਖਸੀਅਤਾਂ ਦਾ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਸਰੂਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ। ਸਾਡੇ ਰਿਪੋਰਟਰ ਗੌਰਵ ਕਕ ਸ਼ਿਰਪੁਰ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਬੁੱਢਾ ਜੋੜ, ਭਾਈ ਸੁਖਵਿੰਦਰ ਸਿੰਘ ਜੀ ਮੌਰ ਬੁੱਢਾ ਦਲ ਨੇ ਆਪਣੇ ਵਿਚਾਰ ਰੱਖੇ। ਅੱਜ ਇਸ ਅਸਥਾਨ ਦੇ ਉੱਤੇ ਇਹਨਾਂ ਮਹਾਨ ਸਿੱਖ ਪੰਥ ਦੇ ਯੋਧਿਆਂ ਦੀ ਯਾਦ ਨੂੰ ਸਮਰਪਿਤ ਦੇ ਸਾਲਾਨਾ ਜੋੜ ਮੇਲੇ ਮਨਾਏ ਜਾ ਰਹੇ ਨੇ ਔਰ ਮੈਂ ਸਾਰੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਓ ਆਪਣੇ ਸ਼ਹੀਦਾਂ ਦੇ ਨਾਲ ਜੁੜੀਏ, ਸ਼ਹੀਦਾਂ ਦੀਆਂ ਯਾਦਗਾਰਾਂ, ਸ਼ਹੀਦਾਂ ਦੇ ਸਥਾਨ, ਸ਼ਹੀਦਾਂ ਦਾ ਇਤਿਹਾਸ, ਇਹ ਸਾਡੀ ਕੌਮ ਦਾ ਸਰਮਾਇਆ ਹੈ, ਇਹਨਾਂ ਨੂੰ ਅਸੀਂ ਆਪਣੇ ਚੇਤਿਆਂ ਦੇ ਵਿੱਚ ਵਸਾ ਕੇ ਔਰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦਾ ਯਤਨ ਕਰੀਏ।
ਪ੍ਰਾਪਤਨ ਇਤਿਹਾਸਿਕ ਸਥਾਨ 1740 ਤੋਂ ਵੀ ਪਹਿਲਾਂ ਹੀ ਜ਼ਕਰੀਆ ਖਾਨ ਅਤੇ ਨਾਦਰ ਖਾਨ ਜੋ ਲਾਹੌਰ ਦਾ ਬਾਦਸ਼ਾਹ ਜੋ ਕਾਬਲ ਦਾ ਬਾਦਸ਼ਾਹ ਸੀ ਦਿੱਲੀ ਆਇਆ ਉਹਨੇ ਪੰਜਾਬ ਨੂੰ ਲੁੱਟਣਾ ਕੀਤਾ ਸਿੰਘਾਂ ਨੇ ਬੜੀ ਮਾਰ ਮਾਰੀ ਉਹ ਘਬਰਾ ਕੇ ਜ਼ਕਰੀਆ ਖਾਨ ਲਾਹੌਰ ਸੂਬੇਦਾਰ ਦੇ ਕੋਲ ਜਾਂਦਾ ਹੈ ਅਤੇ ਉੱਥੋਂ ਉਹਨੇ ਪੁੱਛਣਾ ਕੀਤਾ ਕੌਣ ਲੋਕ ਨੇ ਉਹਨੇ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲੀਆਂ ਫੌਜਾਂ ਨੇ ਅਸੀਂ ਖਤਮ ਕਰ ਦਿਓ ਕਿ 10 ਮਾਰਦੇ ਹਾਂ 20 ਹੋਰ ਤਿਆਰ ਹੁੰਦੇ ਆਪਣੇ ਸ਼ੱਕ 'ਤੇ ਉਹਨੇ ਆਦੇਸ਼ ਦੇ ਦਿੱਤਾ ਜ਼ਕਰੀਆ ਖਾਨ ਨੂੰ ਇੱਥੇ ਐਸਾ ਬੰਦਾ ਬਿਠਾਓ ਹਰਿਮੰਦਰ ਸਾਹਿਬ ਨੂੰ ਕਾਬੂ ਕਰਕੇ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਖਾਤਮਾ ਕਰ ਦਿਓ ਅਤੇ ਸਿੱਖਾਂ ਦਾ ਸਿਰਾਂ ਦਾ ਮੁੱਲ ਪੈਣ ਲੱਗ ਪਿਆ ਉਸ ਵੇਲੇ ਸਿੱਖ ਉੱਥੋਂ ਛੱਡ ਕੇ ਪੰਜਾਬ 'ਚੋਂ ਇੱਥੇ ਬੁੱਢਾ ਜੋੜ ਦੀ ਧਰਤੀ 'ਤੇ ਵੱਡੀ ਗਿਣਤੀ ਆ ਕੇ ਬੈਠਣਾ ਪਿਆ ਇਹ ਪੁਰਾਤਨ ਇਤਿਹਾਸਿਕ ਸਥਾਨ ਹੈ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਕਿ ਇੱਥੇ ਕਾਫੀ ਸੇਵਾ ਦਾ ਵੱਡਾ ਕੰਮ ਰਹਿੰਦਾ ਹੈ ਕੁੰਭੇ ਸੇਵਾ ਦਾ ਹੋਣ ਵਾਲਾ ਸਿੱਖ ਕੌਮ ਦਾ ਹਰਿਮੰਦਰ ਸਾਹਿਬ ਦਾ ਦੂਸਰਾ ਪੱਖ ਹੈ ਬਿਲਕੁਲ ਨਜ਼ਦੀਕੀ ਸੰਬੰਧ ਹੈਗਾ ਇਸ ਵਾਸਤੇ ਸਮੁੱਚੀ ਕੌਮ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਥਾਨ ਦੇ ਵਾਸਤੇ ਸੇਵਾ ਕਰੇ ਖੁਸ਼ੀਆਂ ਪ੍ਰਾਪਤ ਕਰਨ ਤਾਂ ਕਿ ਇੱਥੇ ਬੜਾ ਕੁਛ ਬਣਨ ਵਾਲਾ ਹੈ ਮੈਂ ਧੰਨਵਾਦੀ ਹਾਂ ਸਮੁੱਚੇ ਖਾਲਸੇ ਪੰਥ ਵੱਲੋਂ DD ਪੰਜਾਬੀ ਚੈਨਲ ਦਾ ਜਿਨ੍ਹਾਂ ਨੇ ਮਹਾਨ ਉਪਰਾਲਾ ਕਰਕੇ ਸਾਰੀ ਸਮਾਗਮ ਦੀ ਰਿਕਾਰਡਿੰਗ ਕੀਤੀ ਹੈ ਕਿਉਂਕਿ ਜਿਹੜਾ DD ਪੰਜਾਬੀ ਚੈਨਲ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਿੰਨੇ ਵੀ ਸਮਾਗਮ ਹੁੰਦੇ ਹਨ ਸਾਰਿਆਂ ਦੀ ਜਿਹੜੀ ਵੀਡੀਓ ਬਣਾ ਕੇ ਸੰਗਤਾਂ ਦੇ ਸਨਮੁੱਖ ਸਾਰੇ ਸਮਾਗਮ ਜਿਹੜੇ ਵਿਖਾਏ ਜਾਂਦੇ ਹਨ DD ਪੰਜਾਬੀ ਦਾ ਵੀ ਧੰਨਵਾਦ ਸੰਗਤਾਂ ਦਾ ਵੀ ਧੰਨਵਾਦ ਸਮੁੱਚੇ ਖਾਲਸੇ ਪੰਥ ਵੱਲੋਂ ਬੁੱਢੇ ਦਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਗਮ ਦੇ ਸ਼ਾਮ ਸਮੇਂ ਵਿਸ਼ਾਲ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਬੱਡੀ ਖਿਡਾਰੀਆਂ ਦੇ ਜ਼ਬਰਦਸਤ ਮੁਕਾਬਲੇ ਹੋਏ ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਉਚੇਚੇ ਤੌਰ ਤੇ ਪੁੱਜੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਦੀ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਵਾ ਕੇ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ ਇਸ ਮੌਕੇ ਸਮਾਜ ਵਿੱਚ ਵੱਧ ਰਹੀ ਭਰੂਣ ਹੱਤਿਆ ਨੂੰ ਰੋਕਣ ਲਈ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ ਜੋ ਕਿ ਖੇਡ ਮੇਲੇ ਵਿੱਚ ਕਾਫੀ ਖਿੱਚ ਦਾ ਕੇਂਦਰ ਬਣਿਆ ਰਿਹਾ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ ਮੋਬਾਈਲ 94170-36301 ਅਤੇ 98141-36301 94170-36301 ਅਤੇ 98141-36301